आम आदमी पार्टी के विधायक प्रोफेसर बलजिंदर कौर साडे नाल मौजूद ने। सो मैडम साहब, अज नवे कैबिनेट मंत्री बने, किस तरह देखदे? मैं सारे साथियों नूं बहुत मुबारकबाद दिंदी हां, बहुत वधाई दिंदी हां। अज पार्टी ने जिहड़ा अगला विस्तार किया, फैसला लिया आ, सो कैबिनेट दे विच वादा किया, तो बहुत बहुत मुबारकबाद। ਤੁਸੀਂ ਸੀਨੀਅਰ ਹੋ, ਦੂਜੀ ਵਾਰੀ ਵਿਧਾਇਕ ਬਣੇ ਹੋ, ਕਿਤੇ ਨਾ ਕਿਤੇ ਗੱਲ ਚੱਲਦੀ ਕਿ ਤੁਹਾਡਾ ਨੰਬਰ ਵੀ ਆ ਰਿਹਾ ਕੈਬਨਿਟ ਮੰਤਰੀ ਬਣਾ ਜਾ ਰਹੇ ਹੋ। ਸੁੱਖ ਨਹੀਂ ਇਹਨਾਂ ਚੀਜ਼ਾਂ ਨਾਲ, ਦੇਖੋ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਉਹਨਾਂ ਹਾਲਾਤਾਂ ਦੇ ਵਿੱਚ ਪਾਰਟੀ ਦੇ ਬੜੇ ਔਖੇ ਚੰਗੇ ਸਮੇਂ ਮਾੜੇ ਸਮੇਂ, ਅਤੇ ਹਮੇਸ਼ਾ ਪਾਰਟੀ ਦੇ ਨਾਲ ਆ। ਜਿਹੜੀ ਜ਼ਿੰਮੇਵਾਰੀ ਦਿੱਤੀ ਆ ਉਹਨੂੰ ਡਟ ਕੇ ਨਿਭਾਇਆ ਆ, ਅਤੇ ਅੱਜ ਵੀ ਮਾਨਯੋਗ ਮੁੱਖ ਮੰਤਰੀ ਸਾਹਿਬ ਉਹਨਾਂ ਦਾ ਇਹ ਐਕਚੁਅਲੀ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਵਿਸਤਾਰ ਕੀਤਾ, ਬੜੀ ਸੋਚ ਸਮਝ ਕੇ ਵਿਸਤਾਰ ਕੀਤਾ, ਬੜੀ ਡੀਪਲੀ ਦੇਖ ਕੇ ਵਿਸਤਾਰ ਕੀਤਾ ਆ। ਸੋ ਪਾਰਟੀ ਨੇ ਜੋ ਫੈਸਲਾ ਦਿੱਤਾ, ਜੋ ਲੀਡਰਸ਼ਿਪ ਨੇ ਫੈਸਲਾ ਦਿੱਤਾ, ਬਿਲਕੁਲ ਸਿਰ ਮੱਥੇ ਪ੍ਰਵਾਨ ਆ, ਐਂਡ ਸਾਰੇ ਸਾਥੀਆਂ ਨੂੰ ਬਹੁਤ ਬਹੁਤ ਵਧਾਈ ਆ, ਬਹੁਤ ਬਹੁਤ ਮੁਬਾਰਕ ਆ। ਨਹੀਂ, ਇਹਨਾਂ ਚੀਜ਼ਾਂ ਨਾਲ ਦੇਖੋ ਕੋਈ ਫਰਕ ਨਹੀਂ ਪੈਂਦਾ। ਪਾਰਟੀ ਨੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ, ਮੈਂ ਪਹਿਲਾਂ ਹੀ ਗੱਲ ਕੀ ਕਿ ਉਹਨਾਂ ਨੇ ਬੜੀ ਸੋਚ ਵਿਚਾਰ ਕੇ ਫੈਸਲਾ ਲਿਆ ਆ। ਸੋ ਪਾਰਟੀ ਨੇ ਜੋ ਫੈਸਲਾ ਲਿਆ, ਜੋ ਲੀਡਰਸ਼ਿਪ ਨੇ ਫੈਸਲਾ ਲਿਆ, ਬਿਲਕੁਲ ਉਹ ਸਿਰ ਮੱਥੇ ਪਰਵਾਣਾ, ਕਿਉਂਕਿ ਮੈਂ ਉਹਨਾਂ ਦੇ ਵਿੱਚੋਂ ਹਾਂ ਕਿ ਜਦੋਂ ਪਾਰਟੀ ਦਾ ਬਿਲਕੁਲ ਸਟਾਰਟ ਓਰੀਜਨ ਹੁੰਦਾ ਆ, ਸੋ ਔਖੇ ਮਾੜੇ ਚੰਗੇ ਮਾੜੇ ਸਮੇਂ ਜਿਹੜੇ ਆ ਸਭ ਇਕੱਠਿਆਂ ਨਿਕਲੇ ਆ। ਸੋ ਜੋ ਵੀ ਫੈਸਲਾ ਲਿਆ ਆ ਉਹ ਬੜਾ ਸੋਹਣਾ ਫੈਸਲਾ, ਅਤੇ ਮੈਂ ਸਾਰੇ ਸਾਥੀਆਂ ਨੂੰ ਦਿਲੋਂ ਬਹੁਤ ਬਹੁਤ ਮੁਬਾਰਕਬਾਦ, ਬਹੁਤ ਵਧਾਈ ਦਿੰਦੀ। ਨਹੀਂ, ਮੈਨੂੰ ਇਹਨਾਂ ਚੀਜ਼ਾਂ ਨਾਲ, ਨੋ 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 ਨੋ, ਪਲੀਜ਼ ਪਲੀਜ਼, ਦੇਖੋ ਇਹਨਾਂ ਚੀਜ਼ਾਂ ਦੇ ਨਾਲ ਮੈਨੂੰ ਨਹੀਂ ਲੱਗਦਾ ਕੋਈ ਫਰਕ ਪੈਂਦਾ ਆ, ਠੀਕ ਹੈ। ਜਿਹੜੀ ਜ਼ਿੰਮੇਵਾਰੀ ਤੁਹਾਨੂੰ ਦਿੱਤੀ ਆ, ਜਿੱਥੇ ਡਿਊਟੀ ਤੁਹਾਡੀ ਲੱਗੀ ਆ, ਉਹਨੂੰ ਜ਼ਿੰਮੇਵਾਰੀ ਨੂੰ ਇਮਾਨਦਾਰੀ ਅਤੇ ਵਫਾਦਾਰੀ ਨਾਲ ਨਿਭਾ ਲਓ। ਮੈਂ ਕਹਿੰਦੀ ਇਦੋਂ ਵੱਡੀ ਸੇਵਾ ਹੋਰ ਨਹੀਂ। ਤੁਸੀਂ ਉਹ ਅਜਿਹੇ ਸੀਗੇ, ਮੈਂ ਤਾਂ ਪਹਿਲੇ ਕਿਹਾ ਕਿ ਸਾਰਿਆਂ ਨੂੰ ਬਹੁਤ ਬਹੁਤ ਵਧਾਈ, ਮੁਬਾਰਕ, ਥੈਂਕ ਯੂ। ਇਸਤਰੀਆਂ ਚੋਂ ਹਾਲਾਂਕਿ ਜੇ ਵੇਖ ਲਿਆ ਜਾਵੇ ਤਾਂ ਪਹਿਲਾਂ ਡਾਕਟਰ ਮਨਜੀਤ ਕੌਰ ਮਲੂਟ ਤੋਂ ਅਤੇ ਹੁਣ ਖਰੜ ਵਾਲੇ ਮੋਰ ਗਗਨਮਾਨ ਨੇ, ਕੀ ਲੱਗਦਾ ਹੈ ਵੀ ਕਿੱਡੀ ਤਕੜੀ ਰੇਸ਼ੋ ਆ ਜਾਂ ਕਿੱਡੀ ਤਕੜੀ ਮਜ਼ਬੂਤੀ ਪਾ? ਨਹੀਂ, ਪਾਰਟੀ ਨੇ ਆਫਕੋਰਸ ਪਹਿਲੀ ਪਾਰਟੀ ਹੋਈ ਆ ਪੰਜਾਬ ਦੀ ਜਿਹਦੇ 'ਚ ਲੇਡੀਜ਼ ਨੂੰ ਕੰਸਿਡਰ ਕੀਤਾ ਆ, ਭਾਵੇਂ ਉਹ ਵਿਧਾਇਕ ਬਣਾਉਣ 'ਤੇ ਟਿਕਟਾਂ ਦੇਣ 'ਤੇ ਜਾਂ ਫਿਰ ਵਿਮਨ ਵਿੰਗ ਨੂੰ ਪੰਜਾਬ 'ਚ ਅਸਟੈਬਲਿਸ਼ ਕਰਨ 'ਤੇ ਜੇ ਕੋਈ ਕਾਮਯਾਬ ਹੋਇਆ ਤਾਂ ਉਹ ਇਕੱਲੀ ਆਮ ਆਦਮੀ ਪਾਰਟੀ ਆ, ਅਤੇ ਸਾਡੀਆਂ ਲੇਡੀਜ਼ ਨੂੰ ਲੈ ਕੇ ਅੱਗੇ ਵਧੀ ਆ ਤਾਂ ਉਹ ਵੀ ਆਮ ਆਦਮੀ ਪਾਰਟੀ ਆ। ਸੋ ਚੰਗੀ ਗੱਲ ਆ, ਇਹ ਇੱਕ ਮੋਟੀਵੇਸ਼ਨ ਮਿਲਦੀ ਆ ਪੰਜਾਬ ਦੀਆਂ ਕੁੜੀਆਂ ਨੂੰ ਜਿਹੜੀਆਂ ਘਰਾਂ 'ਚ ਬੈਠੀਆਂ ਨੇ, ਅਤੇ ਮੈਨੂੰ ਖੁਸ਼ੀ ਆ। ਸੋ ਮੈਂ ਬਹੁਤ ਵਧਾਈ ਦਿੰਦੀ ਹਾਂ ਸਾਰਿਆਂ ਨੂੰ। ਨਾ 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 ਨਾ, ਇੱਦਾਂ ਦੀਆਂ ਗੱਲਾਂ ਨਹੀਂ, ਨਿਰਾਸ਼ਾ ਕਾਹਦੀ, ਦੱਸੋ। ਪ੍ਰੋਫੈਸਰ ਬਲਜਿੰਦਰ ਕੌਰ ਜੋ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ, ਉਹ ਦੱਸ ਰਹੇ ਨੇ ਕਿ ਪਾਰਟੀ ਨੇ ਜੋ ਫੈਸਲਾ ਕੀਤਾ ਬਹੁਤ ਸਮਝ ਕੇ ਕੀਤਾ, ਅਤੇ ਖੁਸ਼ ਨੇ ਉਸ ਪਾਰਟੀ ਦੇ ਨਾਲ, ਉਸ ਫੈਸਲੇ ਦੇ ਨਾਲ ਖੁਸ਼ ਨੇ। ਚੰਡੀਗੜ੍ਹ ਤੋਂ ਕੈਮਰਾ ਪਰਸਨ ਆਕਾਸ਼ਦੀਪ ਦੇ ਨਾਲ ਰਵੀ ਜੱਖੂ।